ਸ਼੍ਰੀ ਗੱਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲਓ ਜੀ ਭਗਵੰਤ ਮਾਨ ਦੇ ਘਰ ਪੈਣ ਲੱਗੀਆਂ ਬੋਲੀਆਂ ਮਹੰਤ ਸਿਮਰਣ ਨੇ ਮੁੱਖ ਮੰਤਰੀ ਨੂੰ ਦਿੱਤੀ ਖੁਸ਼ਖਬਰੀ ਸੋ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨੇਕੀ ਦੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਇਸੋ ਵਾਲੀ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਕਿ ਪਤਾ ਭਗਵੰਤ ਮਾਨ ਦਾ ਵਿਆਹ ਜਗਜੀਤ ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਜਿਸ ਦੇ ਚਲਦੇ ਵਧਾਈ ਲੈਣ ਲਈ ਕਿਨਰ ਪਹੁੰਚਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੂਰੇ ਪੰਜਾਬ ਲਈ ਬਹੁਤ ਬਹੁਤ ਮੁਬਾਰਕਾਂ ਸਾਡੇ ਮੁੱਖ ਮੰਤਰੀ ਦਾ ਵਿਆਹ ਉੱਥੇ ਹੀ ਸਿਮਰਨ ਮਹੰਤ ਪਟਿਆਲਾ ਨੇ ਕਿਹਾ ਜੀ ਮੈਨੂੰ ਕੋਈ ਕੰਮ ਸੀ ਸੈਕਟਰ ਹੇਠ ਮੈਨੂੰ ਪਤਾ ਲੱਗਿਆ ਕਿ ਸੀਐਮ ਦੀ ਮੈਰਿਜ ਆ ਤਾਂ ਮੈਂ ਸੋਚਿਆ ਵਧਾਈ ਦੇ ਕੇ ਆਈ ਤਾਂ ਕੁਰਸੀਆਂ ਦੇ ਪਾਤਰਾਂ ਵਧਾਈ ਦੇ ਪਾਤਰ ਉਹਨਾਂ ਨੇ ਕਿਹਾ ਕਿ ਮੈਂ ਅੰਦਰ ਜਾਣਾ ਹੈ ਉਹਨਾਂ ਨੂੰ ਵਧਾਈ ਦੇਣੀ ਆ ਮੈਨੂੰ ਲੱਗਦਾ ਕਿ ਸੀਐਮ ਸਾਹਿਬ ਵਟਨੇ ਵਿੱਚ ਬੀਜੀ ਹੋਣਗੇ ਮੈਂ ਤਾਜ ਵਧਾਈ ਦੇਣ ਦੀ ਐਡਵਾਂਸ ਆ ਗਈਆਂ ਤਾਂ ਉਸ ਤੋਂ ਬਾਅਦ ਜੇਕਰ ਮੌਕਾ ਮਿਲਿਆ ਤਾਂ ਜ਼ਰੂਰ ਆਵਾਂਗੀ ਉਹਨਾਂ ਨੂੰ ਮਿਲ ਕੇ ਜਾਵਾਂਗੇ ਉਹਨਾਂ ਨੇ ਕਿਹਾ ਜੀ ਮੁੱਖ ਮੰਤਰੀ ਦਾ ਪਿਆਰ ਹੀ ਮਿਲ ਜਾਵੇ ਉਹ ਵਧਾਈ ਹੈ ਰਾਜੀ ਰੈਨ ਉਹਨਾਂ ਨੇ ਕਿਹਾ ਜੀ ਮੁੱਖ ਮੰਤਰੀ ਨੂੰ ਮੇਰੀਆਂ ਕਾਮਨਾਵਾਂ ਪੂਰੇ ਕੰਨਰ ਸਮਾਜ ਦੇ ਵੱਲੋਂ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਸਰਕਾਰ ਨੂੰ ਚੁਣਿਆ ਗਿਆ ਤੇ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਨੇ ਇਸ ਲਈ ਮੈਂ ਕਾਮਨਾ ਕਰਦੀ ਹਾਂ ਕਿ ਸਾਡੇ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਬ ਮੁੱਖ ਮੰਤਰੀ ਸਿਕੰਦਰ ਸਮਾਜ ਦੀ ਪਹਿਲਾਂ ਹੀ ਬਹੁਤ ਇੱਜ਼ਤ ਕਰਦੇ ਨੇ ਤੇ ਹੀ ਕੰਮ ਮਨੋ ਕਾਮਨਾ ਕਰਦੀ ਹਾਂ ਕਿ ਲੰਬੇ ਸਮੇਂ ਤੱਕ ਚੱਲਣ ਵਧੀਆ ਵਧੀਆ ਕੰਮ ਕਰਨਾ ਤੇ ਸਾਡੀਆਂ ਮਜਬੂਰੀਆਂ ਮੁਸ਼ਕਲਾਂ ਨੂੰ ਸਮਝਣ ਤੇ ਉਹਨਾਂ ਨੂੰ ਹੱਲ ਕਰਦੇ ਰਹਿਣਾ ਬਾਕੀ ਦੀ ਜਾਣਕਾਰੀ ਚੈਨਲ ਤੇ ਪਾਈ ਹੋਈ ਦੋਸਤੋ ਵੱਡੀ ਵੀਡੀਓ ਦੇ ਵਿੱਚ ਤੁਸੀਂ ਜਾਗਤ ਚੈੱਕ ਕਰ ਸਕਦੇ ਹੋ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਪਿਲ ਜਾਵੇਗੀ ਧੰਨ